are watching Channel Y. Channel Y, a South Asian Canadian channel. ਅੰਮ੍ਰਿਤਸਰ ਤੋਂ ਕਾਂਗਰਸ ਦੀ ਵਿਧਾਇਕ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪਟਿਆਲਾ ਵਿਖੇ ਸਥਿਤ ਆਪਣੀ ਨਿੱਜੀ ਰਿਹਾਇਸ਼ ਦੀ ਛੱਤ ਤੇ ਖੇਤੀ ਕਾਨੂੰਨਾਂ ਦੇ ਵਿਰੋਧ ਤੇ ਕਿਸਾਨੀ ਮੋਰਚੇ ਦੇ ਹੱਕ ਵਿੱਚ ਕਾਲਾ ਝੰਡਾ ਲਗਾ ਦਿੱਤਾ। ਹਾਲਾਂਕਿ ਅੰਮ੍ਰਿਤਸਰ ਵਿਖੇ ਨਵਜੋਤ ਸਿੰਘ ਸਿੱਧੂ ਦੀ ਕੋਠੀ ਤੇ ਕਾਲਾ ਝੰਡਾ ਉਹਨਾਂ ਦੀ ਬੇਟੀ ਰਾਬੀਆ ਨੇ ਲਗਾਇਆ। ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਦੀ ਸਵੇਰ ਟਵੀਟ ਤੇ ਆਪਣੇ ਘਰ ਤੇ ਕਾਲਾ ਝੰਡਾ ਲਹਿਰਾਉਣ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਉਡੀਕ ਰਹੇ ਨੇ ਕਿ ਕਦੋਂ ਪੰਜਾਬ ਤੇ ਆਪਣੀ ਖੁਦ ਮੁਖਤਿਆਰੀ ਦੀ ਰਾਹ ਤੇ ਚੱਲੇਗਾ। ਸਿੱਧੂ ਨੇ ਕਿਹਾ ਕਿ ਕਰੀਬ 25 ਸਾਲਾਂ ਤੋਂ ਕਰਜ਼ਾ ਲਗਾਤਾਰ ਵੱਧ ਰਿਹਾ, ਆਮਦਨ ਤੇ ਉਪਜ ਦੋਵੇਂ ਘੱਟ ਰਹੇ ਨੇ, ਜਿਸ ਕਰਕੇ ਪੰਜਾਬ ਦਾ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਇਆ। ਉਹਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਇੱਜ਼ਤ ਦੀ ਰੋਟੀ ਲਈ ਸੰਘਰਸ਼ ਕਰ ਰਿਹਾ, ਜੇਕਰ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਕਿਸਾਨ ਦੇ ਹਾਲਾਤ ਵੱਧ ਤੋਂ ਬਦਤਰ ਹੋ ਜਾਣਗੇ ਤੇ ਪੰਜਾਬ ਵੀ ਪਛੜ ਕੇ ਰਹਿ ਜਾਵੇਗਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਕਾਲਾ ਝੰਡਾ ਕਾਲੇ ਕਾਨੂੰਨਾਂ ਨੂੰ ਠੁਕਰਾਉਣ ਦੀ ਨਿਸ਼ਾਨੀ ਹੈ ਤੇ ਜਦੋਂ ਤੱਕ ਸਿਸਟਮ ਬਦਲਿਆ ਨਹੀਂ ਜਾਂਦਾ ਉਦੋਂ ਤੱਕ ਉਹਨਾਂ ਦੇ ਘਰ ਦੀ ਛੱਤ ਤੇ ਇੱਕ ਕਾਲਾ ਝੰਡਾ ਲਹਿਰਾਉਂਦਾ ਰਹੇਗਾ। ਨਵਜੋਤ ਸਿੱਧੂ ਨੇ ਕੱਲ੍ਹ ਟਵੀਟ ਕਰਕੇ ਕਿਹਾ ਸੀ ਕਿ 25 ਮਈ ਨੂੰ ਸਵੇਰ 9:30 ਵਜੇ ਆਪਣੇ ਦੋਹਾਂ ਘਰਾਂ ਤੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਕਾਲਾ ਝੰਡਾ ਲਹਿਰਾਉਣਗੇ। ਨਵਜੋਤ ਸਿੱਧੂ ਨੇ ਸਭ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਜਾਂ ਫਿਰ ਸੂਬਾ ਸਰਕਾਰ ਰਾਹੀਂ ਫਸਲਾਂ ਦੀ ਖਰੀਦ ਤੇ ਜਿਣਸਾਂ ਤੇ MSP ਯਕੀਨੀ ਬਣਾਉਣ ਲਈ ਕੋਈ ਬਦਲਵਾਂ ਹੱਲ ਨਹੀਂ ਕੱਢਿਆ ਜਾਂਦਾ ਤਦ ਤੱਕ ਅਜਿਹਾ ਕੀਤਾ ਜਾਵੇ। ਪੰਜਾਬ ਉਡੀਕਦਾ, ਪੰਜਾਬ ਦੀ ਕਿਸਾਨੀ ਉਡੀਕਦੀ, ਕਦ ਚੱਲੂ ਪੰਜਾਬ ਖੁਦ ਮੁਖਤਿਆਰੀ ਦੀ ਰਾਹ, ਬਾਬੇ ਨਾਨਕ ਦੀ ਦੱਸੀ ਹੋਈ ਰਾਹ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸੰਵਾਰੀਏ। ਉਹ ਰਾਹ ਪਿਛਲੇ 20-25 ਸਾਲਾਂ ਤੋਂ ਵੱਧ ਰਿਹਾ ਕਰਜ਼, ਘੱਟ ਰਹੀ ਆਮਦਨ ਤੇ ਘੱਟ ਰਹੀ ਉਪਜ ਪੰਜਾਬ ਦੇ ਹਰ ਛੋਟੇ ਤੇ ਵੱਡੇ ਕਿਸਾਨ ਨੂੰ ਸੰਘਰਸ਼ ਕਰਨ ਦੇ ਲਈ ਮਜਬੂਰ ਕਰ ਰਹੀ ਹੈ। ਇੱਜ਼ਤ ਦੀ ਰੋਟੀ ਦਾ ਸੰਘਰਸ਼। ਪੰਜਾਬ ਅੱਜ 3 ਕਾਲੇ ਕਾਨੂੰਨਾਂ ਖਿਲਾਫ ਲੜ ਰਿਹਾ ਹੈ ਜੋ ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਬਿਲਕੁਲ ਹੀ ਖਤਮ ਕਰਨ ਵਾਸਤੇ ਲਿਆਂਦੇ ਗਏ ਹਨ, ਵੱਦ ਨਾਲੋਂ ਬੱਤਰ ਬਣਾਉਣ ਦੇ ਲਈ ਲਿਆਂਦੇ ਗਏ ਹਨ। ਛੋਟੇ ਵਪਾਰੀ ਤੇ ਮਜ਼ਦੂਰ ਦੇ ਪੇਟ ਦੇ ਉੱਤੇ ਲੱਤ ਮਾਰਨ ਵਾਸਤੇ, ਉਹਦੀ ਰੋਟੀ ਦੇ ਉੱਤੇ ਲੱਤ ਮਾਰਨ ਵਾਸਤੇ ਲਿਆਂਦੇ ਗਏ ਹਨ। ਜੇ ਖੇਤੀ ਕਾਨੂੰਨ ਰੱਦ ਨਾ ਹੋਏ, MSP ਨੂੰ ਹੋਰ ਫਸਲਾਂ, ਸਬਜ਼ੀਆਂ, ਫਰੂਟ, ਦਾਲਾਂ ਦੇ ਉੱਤੇ, ਓਇਲ ਸੀਡਾਂ ਦੇ ਉੱਤੇ ਕਿਸਾਨਾਂ ਨੂੰ ਦੇ ਕੇ ਸਰਕਾਰੀ ਖਰੀਦ ਨਾ ਹੋਈ, ਕਿਸਾਨਾਂ ਹੱਥ ਸਟੋਰੇਜ ਨਾ ਦਿੱਤਾ ਗਿਆ ਤੇ ਕਿਸਾਨੀ ਤੇ ਵੱਧਦਾ ਕਰਜ਼ਾ ਖਤਮ ਨਾ ਹੋਇਆ ਤੇ ਪੰਜਾਬ ਨਹੀਂ ਉੱਠਣਾ। ਪੰਜਾਬ ਦੀ ਤਰੱਕੀ ਦੀ ਹਰ ਰਾਹ ਕਿਸਾਨੀ ਤੋਂ ਹੀ ਹੋ ਕੇ ਜਾਂਦੀ ਹੈ। ਇਹ ਕਾਲਾ ਝੰਡਾ ਮੇਰੇ ਘਰ ਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਠੁਕਰਾਉਣ ਤੇ ਇਸ ਕਿਸਾਨ ਮਾਰੂ ਸਿਸਟਮ ਨੂੰ ਠੁਕਰਾਉਣ ਦੀ ਨਿਸ਼ਾਨੀ ਹੈ ਤੇ ਜਦ ਤੱਕ ਇਸ ਸਿਸਟਮ ਨੂੰ ਬਦਲਾਂਗੇ ਨਹੀਂ ਤਦ ਤੱਕ ਇਹ ਝੰਡਾ ਉਤਰੇਗਾ ਨਹੀਂ। ਤੇ ਸ਼ਿਵਾਵਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂੰ ਨਾ ਡਰੂੰ, ਨਾ ਡਰੂੰ ਅਰੀਸੂੰ ਜਬ ਲਾਹੀ ਲੜੂੰ, ਨਿਸ਼ਚੇ ਕਰ ਆਪਣੀ ਜੀਤ ਕਰੂੰ। ਦੇਹ ਸ਼ਿਵਾਵਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂੰ ਨਾ ਡਰੂੰ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। You are watching Channel Y, a South Asian Canadian channel.